ਸਮੇਂ 5 ਵਜੇ ਮਿਲਾਂਗੇ ਆਪਾਂ ਇਸ ਜਗ੍ਹਾ ਤੇ ਠੀਕ ਆ। ਤੁਸੀਂ ਸੋਚ ਰਹੇ ਹੋਵੋਗੇ ਇਹ ਦੋਵੇਂ ਕੌਣ ਨੇ? ਇਹ ਦੋਵੇਂ ਨੇ ਪੰਮੇ ਬਦਮਾਸ਼ ਦੇ ਬੰਦੇ। ਇਹ ਉਹਦਾ ਕਿਹਾ ਹੋਇਆ ਕੰਮ ਆਪਣੀ ਜਾਨ ਦੀ ਬਾਜੀ ਲਗਾ ਕੇ ਵੀ ਕਰਦੇ ਨੇ। ਬਾਈ ਜੀ ਮੇਰੇ ਪੈਸੇ 500 ਚ ਗੱਲ ਹੋਈ ਸੀ ਬਾਈ ਜੀ। ਮੈਂ ਬਾਈ ਨੇ ਐਨ ਨਹੀਂ ਕਿਹਾ ਸੀਗਾ ਬਾਈ ਜੀ। ਪਹਿਲਾਂ ਵੀ ਆਪਣੀ ਗੱਲ ਹੋਈ ਸੀਗੀ ਤੇ ਪਿਛਲੀ ਵਾਰ ਵੀ ਘੱਟ ਦਿੱਤੇ ਸੀਗੇ। ਇੱਕ ਮਿੰਟ ਪੰਮਾ ਬਾਈ ਇੱਕ ਪੈਸੇ ਦਾ ਹਿਸਾਬ ਮੰਗਦਾ। ਪੰਮਾ ਇਸ ਸ਼ਹਿਰ ਦਾ ਮੰਨਿਆ ਹੋਇਆ ਬਹੁਤ ਵੱਡਾ ਗੁੰਡਾ ਬਦਮਾਸ਼ ਹੈ ਜੋ ਗਰੀਬ ਤੇ ਬੇਰੁਜ਼ਗਾਰਾਂ ਤੋਂ ਜ਼ਬਰਦਸਤੀ ਚਿੱਟੇ ਦਾ ਵਪਾਰ ਕਰਾਉਂਦਾ ਹੈ। ਕਰਤਾ ਕੰਮ? ਹਾਂਜੀ ਬਾਈ ਜੀ, ਕੁੱਜਿਆ ਦੀ ਰੋਲਾ ਪਾਉਂਦਾ ਸੀ, ਕੰਮ ਹੀ ਕਰਤਾ ਉਹਦਾ ਪੂਰਾ। ਹੁਣ ਆਪਣਾ ਕੰਮ ਕੌਣ ਕਰੇਗਾ? ਹੈਗਾ ਬਾਈ ਜੀ ਇੱਕ ਆਪਣੀ ਨਿਗਾਹ 'ਚ ਬੰਦਾ। ਜੋ ਵੀ ਕੰਮ ਕਰਨਾ ਨਾ ਧਿਆਨ ਨਾਲ ਕਰਨਾ। ਹਾਂਜੀ ਬਾਈ ਜੀ, ਉਹ ਮੁੰਡਾ ਨਾ ਪੜ੍ਹਿਆ ਲਿਖਿਆ ਤੇ ਬੇਰੁਜ਼ਗਾਰ ਹੈ, ਥੋੜ੍ਹੇ ਜਿਹੇ ਪੈਸੇ ਲਈ ਆਪਣਾ ਕੰਮ ਕਰ ਦੇਗਾ। ਪੜ੍ਹਿਆ ਲਿਖਿਆ ਬੰਦਾ ਨਾ ਸਣਕੀ ਹੁੰਦਾ, ਧਿਆਨ ਰੱਖਿਓ। इस घर दे विच दो भरा रहिंदे हन जिन्हां दे सिर तों माँ प्यो दा हथ बचपन विच ही उठ गया सी। सारे घर दे काम वड्डा भरा सारी जिम्मेवारी नाल निभांदा है ते छोटा भरा बाकी दे छोटे मोटे कम्मां दे विच हथ फटाउंदा है। ओ यार अज दिखी नहीं रहा, अगे तां इत्थे घूम रहा हुंदा है। तैनूं पक्का पता इत्थे हुंदा? ओ इत्थे ही हुंदा है, ओ तां नहीं देख देख। हाँ हाँ यही यही है। चल चल फटाफट। ਪੈਸੇ ਦੇ ਕੇ ਸਮਗਲਿੰਗ ਦਾ ਕੰਮ ਕਰਦੇ ਆ। ਆਪਾਂ ਇਹ ਕੰਮਾਂ ਤੋਂ ਦੂਰ ਆ, ਆਪਾਂ ਬਚਣਾ ਚਾਹੁੰਦੇ ਆ। ਆਪਾਂ ਤੁਹਾਨੂੰ ਵਿਆਹ ਸਲਾਹ ਦਿੰਦੇ ਆ, ਤੁਸੀਂ ਵੀ ਬਚ ਕੇ ਰਹੋ। ਪਤਾ ਨੀ ਕਿੱਥੇ ਚਲ ਗਿਆ, ਉਹਨੂੰ ਹੱਥੋਂ ਜਾਨ ਨੀ ਦੇਣਾ। ਪੰਮੇ ਬਾਈ ਨੂੰ ਜਵਾਬ ਕੀ ਦੇਵਾਂਗੇ ਆਪਾਂ? ਯਾਰ ਪੰਮਾ ਕੀ ਕੰਮ ਕਰਾਉਂਦਾ ਹੋਊਗਾ, ਕਿੰਨੇ ਕੁ ਪੈਸੇ ਦਿੰਦਾ ਹੋਣਾ ਜੇ ਮੈਨੂੰ ਮਿਲ ਜਾਂਦਾ ਯਾਰ।
ਘਰ ਤਾਂ ਸੌਖਾ ਸਰ ਜਾ ਕਰੋ। ਕੀ ਹੋਇਆ ਵੀਰੇ, ਮਿਲਿਆ ਨੀ ਉਹ ਮੁੰਡਾ? ਨਾ ਯਾਰ ਮਿਲਿਆ ਨੀ। ਐਸਾ ਕਿਹੜਾ ਕੰਮ ਹੈ ਜਿਹੜਾ ਉੱਥੇ ਕਰਾਉਣਾ ਹੈ? ਮੈਨੂੰ ਦੱਸ ਦਿਓ, ਮੈਂ ਕਰ ਦਿੰਦਾ। ਯਾਰ ਪੰਮੇ ਬਾਈ ਨੂੰ ਕਿਹੜਾ ਪਤਾ, ਆਪਾਂ ਇਹਨੂੰ ਲੈ ਚੱਲਦੇ ਹਾਂ। ਇਹ ਗੱਲ ਸਹੀ ਆ। ਜੇ ਤੁਹਾਡਾ ਜ਼ਰੂਰੀ ਕੰਮ ਮੈਂ ਕਰਦਾ, ਮੈਨੂੰ ਦੱਸੋ ਕਿੰਨੇ ਪੈਸੇ ਦੋਗੇ। ਦੇਖ ਬਾਈ, ਪੈਸੇ ਤੈਨੂੰ ਤੇਰੇ ਕੰਮ ਦੇ ਹਿਸਾਬ ਸਿਰ ਮਿਲਣਗੇ, ਬਾਕੀ ਤੂੰ ਆਪਣੇ ਪੰਮੇ ਬਾਈ ਨਾਲ ਗੱਲ ਕਰ ਲਈ। ਚਲੋ ਫਿਰ ਚੱਲੀ। ਇਹ ਦੋਵੇਂ ਇਸ ਮੁੰਡੇ ਨੂੰ ਆਪਣੇ ਕੰਮ ਦੇ ਲਾਇਕ ਸਮਝ ਕੇ ਪੰਮੇ ਕੋਲ ਲੈ ਕੇ ਜਾ ਰਹੇ ਨੇ। ਪੰਮੇ ਦੇ ਅੱਡੇ ਤੇ ਉਸਦੇ ਪੈਸੇ ਨੂੰ ਦੇਖ ਕੇ ਇਹ ਹੁਣ ਕੁਛ ਵੀ ਕਰਨ ਲਈ ਤਿਆਰ ਹੈ। ਇਹ ਕਰੇਗਾ ਆਪਣਾ ਕੰਮ? ਹਾਂਜੀ ਬਾਈ ਜੀ, ਆਹੀ ਕਰੇਗਾ। ਲੋ ਬਾਈ ਜੀ, ਪੈਸੇ ਪੂਰੇ ਆ। ਹਾਲਾ ਫੜੇ ਨੂੰ, ਤੂੰ ਬਾਹਰ ਖੜ ਜਾ ਕੇ। ਸ਼ਾਬਾਸ਼ ਮੁੰਡਿਆ, ਆ ਫੜ ਤੂੰ ਆਪਣੇ। ਧੰਨਵਾਦ ਬਾਈ ਜੀ, ਹੋਰ ਕੰਮ? ਕੋਈ ਨਹੀਂ, ਦੱਸਾਂਗੇ। ਚਲੋ ਠੀਕ ਹੈ ਬਾਈ ਜੀ, ਫਿਰ ਠੀਕ ਹੈ। ਮੈਨੂੰ ਇੰਨੇ ਥੋੜ੍ਹੇ ਕੰਮ ਦੇ ਇੰਨੇ ਪੈਸੇ ਮਿਲ ਗਏ, ਜੇ ਮੈਂ ਜ਼ਿਆਦਾ ਕੰਮ ਕਰੂੰ ਫਿਰ ਕਿੰਨੇ ਪੈਸੇ ਮਿਲਣਗੇ? ਛੋਟੇ ਜਿਹੇ ਕੰਮ ਨਾਲ ਇੰਨੇ ਪੈਸੇ ਮਿਲਣ 'ਤੇ ਇਹਦੇ 'ਚ ਇੰਨਾ ਜਨੂੰਨ ਅਤੇ ਇਹਦਾ ਮਨ ਇੰਨਾ ਲਾਲਚੀ ਹੋ ਗਿਆ ਕਿ ਇਹ ਹੁਣ ਕੁਛ ਵੀ ਕਰਨ ਲਈ ਤਿਆਰ ਹੈ। ਹੁਣ ਦੇਖਦੇ ਹਾਂ ਪਾਰਟ 2 ਦੇ ਵਿੱਚ ਕੀ ਬਣਦਾ।